ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਆ। ਅੱਜ ਹੈਗਾ ਦਿਨ ਪਹਿਲਾ ਬੇਸਿਕਲੀ, ਜੇ ਮੈਂ ਕਹਾਂ ਤਾਂ, ਕਿਉਂਕਿ ਦੂਜਾ ਮੈਂ ਤਾਂ ਨਹੀਂ ਕਹਿ ਰਿਹਾ ਕਿਉਂਕਿ ਕੱਲ੍ਹ ਤਾਂ ਪਹੁੰਚੇ ਸੀਗੇ ਆਪਾਂ, ਅਤੇ ਹਨੇਰਾ ਬਹੁਤ ਹੋ ਗਿਆ ਸੀ ਰਾਤੀ, ਅਤੇ ਬਲੌਗ ਐਂਡਿੰਗ ਦਾ ਵੀ ਮੌਕਾ ਨਹੀਂ ਮਿਲਿਆ ਵੈਸੇ ਕੱਲ੍ਹ, ਅਤੇ ਜਿੰਨਾ ਕੁ ਹੋ ਸਕਿਆ ਬਸ ਪਹਿਲਾਂ ਹੀ ਬਣਾ ਚੁੱਕੇ ਸੀਗੇ, ਅਤੇ ਉਹ ਤੋਂ ਬਾਅਦ ਤਾਂ ਫਿਰ ਗੱਲਾਂ ਬਾਤਾਂ 'ਚ ਟਾਈਮ ਪਾਸ ਹੋ ਗਿਆ ਅਤੇ ਟਾਈਮ ਲੱਗਿਆ ਨਹੀਂ ਹੈਗਾ। ਅਤੇ ਉਮੀਦ ਕਰਦੇ ਹਾਂ ਅੱਜ ਤੁਹਾਨੂੰ ਵਧੀਆ ਜਿਹੀ ਜਗ੍ਹਾ 'ਤੇ ਲੈ ਕੇ ਜਾਵਾਂਗੇ। ਪਹਿਲਾਂ ਸਾਡਾ ਅਸੀਂ ਸੋਚ ਰਹੇ ਸੀ ਵੀ ਗੁਰਦੁਆਰਾ ਸਾਹਿਬ ਜਾਵਾਂਗੇ, ਫਿਰ ਉਹ ਤੋਂ ਬਾਅਦ ਦੇਖਦੇ ਹਾਂ ਸਿਟੀ ਵਗੈਰਾ ਜਾਵਾਂਗੇ, ਤੁਹਾਨੂੰ ਦਿਖਾਵਾਂਗੇ ਅਲੱਗ ਅਲੱਗ ਜਗ੍ਹਾਵਾਂ। ਮੈਂ ਆ ਗਿਆ ਸੀ ਥੋੜ੍ਹਾ ਘਰ ਦੇ ਬਾਹਰ, ਸੋਚਿਆ ਤੁਹਾਨੂੰ ਘਰ ਦਾ ਬਾਹਰ ਦਾ ਮਾਹੌਲ ਵੀ ਦਿਖਾ ਦਈਏ। ਆਹ ਹੈਗਾ ਜੀ ਆਪਣਾ ਘਰ ਰਿਸ਼ਤੇਦਾਰਾਂ ਦਾ ਜਿੱਥੇ ਆਏ ਹਾਂ ਆਪਾਂ, ਅਤੇ ਤੁਸੀਂ ਸਰਾਊਂਡਿੰਗ ਦੇਖੋ। ਅੱਜ ਮੌਸਮ ਬਹੁਤ ਸੋਹਣਾ ਹੋਇਆ ਹੋਇਆ, ਅਗਲੇ 6 ਦਿਨ ਸੋਹਣਾ ਹੀ ਹੈ ਵੈਸੇ, ਮਤਲਬ 8 ਡਿਗਰੀ ਦੇ ਕਰੀਬ ਆ ਮਿਨੀਮਮ, ਅਤੇ ਮੈਕਸੀਮਮ ਜਾਣਾ ਹੈਗਾ ਇਹ 16। ਸੋ ਉਮੀਦ ਕਰਦੇ ਹਾਂ ਅਗਲੇ 6 ਦਿਨ ਵਧੀਆ ਨਿਕਲਣਗੇ ਅਤੇ ਤੁਹਾਨੂੰ ਵਧੀਆ ਕੰਟੈਂਟ ਦਿਖਾਵਾਂਗੇ। ਫਿਰ ਆਪਾਂ ਆ ਗਏ ਹਾਂ ਜੀ ਬੀਚ, ਮੈਰਾਥਾਈ ਬੀਚ ਕਹਿੰਦੇ ਆ ਇਹਨੂੰ, ਅਤੇ ਕਲਰ ਬਹੁਤ ਸੋਹਣੇ ਆ ਇੱਥੇ ਬੀਚ ਦੇ, ਤੁਸੀਂ ਦੇਖ ਹੀ ਸਕਦੇ ਹੋ। ਪਤਾ ਲੱਗਦਾ ਹੋਊਗਾ ਵੀ ਵਿਜੀਬਲ ਹੋਊਗਾ ਜੇ ਇਹਦੇ ਵਿੱਚ, ਮੈਨੂੰ ਪਤਾ ਨਹੀਂ ਕਿ ਇੱਥੇ ਗ੍ਰੀਨ ਜਿਹਾ ਕਲਰ ਆ ਪਾਣੀ ਦਾ। ਵਿਊ ਦਾ ਤੁਸੀਂ ਆਨੰਦ ਮਾਣੋ ਜੀ। ਅਜੇ ਮੈਂ ਤੁਹਾਨੂੰ ਇੱਧਰ ਦਿਖਾਇਆ ਸੀਗਾ ਨਾ, ਇੱਥੇ ਟੇਬਲ ਲੱਗਿਆ ਹੋਇਆ, ਇੱਥੇ ਬਹਿ ਕੇ ਤੁਸੀਂ ਇੰਜੋਏ ਕਰ ਸਕਦੇ ਹੋ, ਵੀ ਨਾਲੇ ਕੁਛ ਖਾ ਪੀ ਸਕਦੇ ਹੋ। ਇਹ ਥਾਂ ਥਾਂ 'ਤੇ ਬਣਿਆ ਹੋਇਆ, ਪੂਰਾ ਕੋਸਟਲ ਲਾਈਨ 'ਤੇ ਨਾ ਰੋਡ ਬਣਿਆ ਹੋਇਆ, ਤੁਸੀਂ ਅੱਗੇ ਜਾ ਕੇ ਕਿਤੇ ਵੀ ਮਤਲਬ ਗੱਡੀ ਖੜਾ ਸਕਦੇ ਹੋ ਐਵੇਂ ਸਾਈਡ 'ਤੇ ਜਿੱਥੇ ਜਗ੍ਹਾ ਬਣੀ ਹੋਈ ਹੈ। ਆਪਾਂ ਲੈਣ ਆਏ ਹੋਏ ਹਾਂ ਜੀ ਗੁੜੀਆਂ ਨੂੰ, ਭਾਈ ਦੀ ਗੁੜੀਆਂ ਨੂੰ ਸਕੂਲ 'ਚੋਂ, ਅਤੇ ਉਹ ਹੈਗੀ ਬੇਸ 1 'ਚ ਨਿਊਜ਼ੀਲੈਂਡ ਦੇ ਸਕੂਲ। ਦੇਖੋ ਤੁਸੀਂ ਬੱਚਿਆਂ ਦੇ ਬੈਗ ਕਿਵੇਂ ਟੰਗੇ ਪਏ ਆ। ਆਹੀ ਹੈ ਕਲਾਸ? ਓਕੇ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਹਾਲੇ ਛੁੱਟੀ ਹੋਈ ਨਹੀਂ ਹਾਲੇ? ਇਹ ਬੈਗ ਫਿਰ ਆਪ ਹੀ ਟੰਗਦੇ ਕਿ ਬੱਚੇ ਟੰਗ? ਅੱਛਾ, ਬੱਚੇ ਆਪ ਟੰਗਦੇ। ਓਕੇ, ਅਸਰਤ ਹੈਲੋ ਹੈਲੋ, ਆਪਾਂ ਆਏ ਹਾਂ ਜੀ ਗੁਰਦੁਆਰਾ ਸਾਹਿਬ ਨਿਊਜ਼ੀਲੈਂਡ ਦੇ ਔਕਲੈਂਡ ਦੇ। ਇਹ ਹੈਗਾ ਟਾਕਾ ਨੀਨੀ ਸਵਰਬ, ਟਾਕਾ ਨੀਨੀ ਸਵਰਬ ਦੇ ਵਿੱਚ ਪੈਂਦਾ ਇਹ।
ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈਗਾ, ਤੁਹਾਨੂੰ ਦਿਖਾਉਂਦਾ ਮੈਂ ਫਰੰਟ ਤੋਂ। ਆਹ ਵੇਖੋ, ਆਹ ਹੈਗਾ ਟਾਕਾ ਨੀਨੀ ਦਾ ਗੁਰਦੁਆਰਾ ਸਾਹਿਬ, ਕਿੰਨਾ ਸੋਹਣਾ ਬਣਿਆ ਹੋਇਆ। ਸਭ ਤੋਂ ਵੱਡਾ ਗੁਰਦੁਆਰਾ ਇਹ ਔਕਲੈਂਡ ਦਾ। ਚਲੋ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ। ਇਹ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ, ਦੇਖੋ ਕਿੰਨਾ ਬਹੁਤ ਵਧੀਆ ਬਣਾਇਆ ਹੋਇਆ ਇਹ। ਸਾਰੇ ਗੁਰੂਆਂ ਦੀਆਂ ਪਿਕਚਰਸ ਲਗਾਈਆਂ ਹੋਈਆਂ ਅਤੇ ਸ਼ਹੀਦਾਂ ਦੀਆਂ ਵੀ ਪਿਕਚਰਸ ਲਗਾਈਆਂ ਹੋਈਆਂ ਸਾਰੀਆਂ। ਬੋਲ ਰਿਹਾ ਸੀ ਮਤਲਬ ਹਲੇ ਜਿਹੜਾ ਸਾਡਾ ਐਡਲੇਟ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਨਹੀਂ ਹਲੇ ਇੰਨਾ ਕੁਛ ਹੋਇਆ, ਮਤਲਬ ਇੰਨੀ ਜ਼ਿਆਦਾ ਚੰਗੀ ਤਰੀਕੇ ਨਾਲ ਨਹੀਂ ਬਣਾਇਆ ਹੋਇਆ ਸਾਰਾ ਕੁਛ। ਇੱਥੇ ਵਧੀਆ ਡਿਟੇਲ 'ਚ ਬਣਾਇਆ ਹੋਇਆ, ਨਾਲੇ ਮਤਲਬ ਬੱਚਿਆਂ ਲਈ ਬਹੁਤ ਵਧੀਆ ਗੱਲ ਹੈ ਕਿਉਂਕਿ ਬੱਚਿਆਂ ਨੂੰ ਕੁਛ ਪਤਾ ਚੱਲਦਾ, ਅਦਰਵਾਈਜ਼ ਤਾਂ ਫਿਰ ਬੱਚਿਆਂ ਨੂੰ ਕਿੰਨਾ ਕੁ ਆਪਾਂ ਦੱਸਦੇ ਹਾਂ ਘਰ, ਉਹ ਆਪਣੇ 'ਤੇ ਵੀ ਡਿਪੈਂਡ ਕਰਦਾ। ਚਲੋ ਅੱਜ ਤੁਹਾਨੂੰ ਬਾਹਰ ਲੈ ਕੇ ਚੱਲੀਏ ਹੁਣ। ਬੱਚੇ ਫੋਟੋ ਕਰਾਉਣ ਲੱਗੇ ਹੋਏ ਆ। ਆ ਗੁਰਦੁਆਰਾ ਸਾਹਿਬ ਦੇ ਨਾਲ ਇੱਥੇ ਇੱਕ ਬੱਚਿਆਂ ਲਈ ਖੇਡਣ ਨੂੰ ਪਾਰਕ ਵੀ ਬਣਾਇਆ ਹੋਇਆ, ਅਲੱਗ ਅਲੱਗ ਝੂਲੇ ਵਗੈਰਾ ਲਗਾਏ ਹੋਏ ਨੇ ਤਾਂ ਕਿ ਜੇ ਉਹ ਆਉਣ ਤਾਂ ਆਪਣਾ ਇੰਜੋਇਮੈਂਟ ਕਰ ਸਕਣ। ਪਾਰਕਿੰਗ ਵੀ ਬਹੁਤ ਖੁੱਲ੍ਹੀ ਹੈ ਗੁਰਦੁਆਰਾ ਸਾਹਿਬ ਦੀ। ਅਤੇ ਇੱਕ ਇੱਧਰ ਮੈਨੂੰ ਦੱਸ ਰਹੇ ਸੀ ਭਾਅ ਜੀ ਵੀ ਗੱਤਕਾ ਸਿਖਾਉਂਦੇ ਆ ਜਿਹਨੇ ਸਿੱਖਣਾ ਹੋਵੇ, ਅਤੇ ਇਹ ਬਹੁਤ ਵਧੀਆ ਮਤਲਬ ਉਪਰਾਲਾ ਹੈਗਾ। ਠੀਕ ਹੈ,
ਠੀਕ ਹੈ ਆਪ ਆ ਕੰਧ ਦੇ ਪਰਲੇ ਪਾਸੇ ਨਾ ਨਾ ਆ ਸਰ ਅੱਛਾ ਆ ਇੱਧਰ ਅੱਗੇ ਅੱਗੇ ਠੀਕ ਹੈ ਠੀਕ ਹੈ ਠੀਕ ਆ ਜਿਵੇਂ ਆ ਫੋਟੋ ਹੈ ਨਾ ਮੇਰੇ ਨਾਲ ਓਕੇ ਆ ਪੂਰੇ ਇਹਦੀ ਸਟਰਕਚਰ ਦੀ ਜਿਵੇਂ ਆ ਫੋਟੋ ਇਦਾਂ ਬਣਾਉਣਗੇ ਨਾ ਇਹ ਬਣ ਗਿਆ ਇੱਥੇ ਅੱਛਾ ਬਣ ਚੁੱਕਿਆ ਇਹ ਓਕੇ ਇਹ ਸ਼ਾਮ ਨੂੰ ਆਏ ਇੱਧਰ ਅਸੀਂ ਪਹੁੰਚ ਗਏ ਜੀ ਔਕਲੈਂਡ ਸਿਟੀ ਦੇ ਅੰਦਰ ਅਤੇ ਗੱਡੀ ਪਾਰਕ ਵਗੈਰਾ ਕਰ ਰਹੇ ਹਾਂ ਅਤੇ ਉੱਦਾਂ ਵੈਸੇ ਮੈਂ ਤੁਹਾਨੂੰ ਇੱਥੋਂ ਵਿਊ ਦਿਖਾਉਂਦਾ ਆਹ ਵੇਖੋ ਸੋਹਣਾ ਹੈ ਵੈਸੇ ਨਿਊਜ਼ੀਲੈਂਡ ਸਟਾਰਟਿੰਗ 'ਚ ਏਅਰਪੋਰਟ ਦੇ ਉੱਤੇ ਇੱਕ ਹਿੱਸਾ ਸਾਨੂੰ ਲੱਗਿਆ ਸੀਗਾ ਵੀ ਉੱਦਾਂ ਹੀ ਹੋਣਾ ਪਰ ਨਹੀਂ ਵੈਸੇ ਸੁਣਿਆ ਤਾਂ ਬਹੁਤ ਕੁਛ ਸੀਗਾ ਕਿ ਸੋਹਣਾ ਹੋਊਗਾ ਬਟ ਹੁਣ ਪਤਾ ਲੱਗਦਾ ਸੋਹਣਾ ਲੱਗ ਰਿਹਾ ਨਾ ਇਹ ਬਹੁਤ ਸੋਹਣਾ ਲੱਗ ਆਪਾਂ ਕਿੱਧਰ ਜਾਣਾ ਸਿੱਧਾ ਬਹੁਤ ਵਧੀਆ ਕਾਸੀ ਆ ਇੰਡੀਅਨ ਇੱਥੇ ਓਕੇ ਓਕੇ ਯੂਰੋਪੀਅਨ ਟੱਚ ਆ ਮਤਲਬ ਰੋਟੀ ਰੋਟੀ ਠੀਕ ਹੈ ਠੀਕ ਆ ਗਈ ਆਪਾਂ ਸਿਟੀ ਸਕਾਈ ਸਿਟੀ ਅੱਜ ਦਾ ਬਲੌਗ ਮੈਂ ਵੈਸੇ ਨੋਟਿਸ ਕੀਤਾ ਵੀ ਬਹੁਤ ਲੰਬਾ ਬਣ ਰਿਹਾ ਵੀ ਗੁਰਦੁਆਰਾ ਸਾਹਿਬ ਵੀ ਗਏ ਸੀਗੇ ਉੱਧਰ ਬੀਚ 'ਤੇ ਵੀ ਗਏ ਸੀਗੇ ਅਤੇ ਨਾਲੇ ਫਿਰ ਇੱਧਰ ਸਿਟੀ ਆਉਣਾ ਸੀਗਾ ਸੋ ਸੋਚਿਆ ਵੀ ਅੱਜ ਦੋ ਬਲੌਗ ਬਣਾਏ ਜਾਣ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਬੀਚ ਕਵਰ ਕਰੂੰਗਾ ਪਹਿਲੇ 'ਚ ਅਤੇ ਦੂਜੇ 'ਚ ਫਿਰ ਮੈਂ ਨਾਈਟ ਦਾ ਸਿਟੀ ਵਿਊ ਸਕਾਈ ਟਾਵਰ ਵਗੈਰਾ ਸੋ ਹੁਣ ਸਕਾਈ ਟਾਵਰ ਦਾ ਤੁਸੀਂ ਬਲੌਗ ਦੇਖਣ ਲਈ ਤੁਸੀਂ ਅਗਲੀ ਵੀਡੀਓ ਦੇਖਿਓ ਮਿਲਦੇ ਹਾਂ ਤੁਹਾਨੂੰ ਤੀਜੇ ਭਾਗ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ।